ਅਸਲਾਮੁਆਲੇਕ ਸਜਣੋ ਤੇ ਬੇਲੀਓ ਕੀ ਹਾਲ ਚਾਲ ਹੈ ਤੁਸੀਂ ਸਾਰਿਆਂ ਦਾ ਠੀਕ ਠਾਕ ਹੋ ਉਮੀਦ ਕਰਨਾ ਵਾ ਕਿ ਅੱਲਾਹ ਤਾਲਾ ਦੇ ਫਜ਼ਲੋ ਕਰਮ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਔਰ ਤੁਹਾਡੇ ਮਾਲ ਮवेशੀ ਵੀ ਚੰਗੇ ਹੋਣੇ ਨੇ ਤੇ ਤੁਸੀਂ ਵੇਖ ਰਹੇ ਹੋ ਡੇਰੀ ਫਾਰਮਿੰਗ ਇਨ ਪਾਕਿਸਤਾਨ ਤੇ ਮੈਂ ਤੁਹਾਡਾ ਮੇਜ਼ਬਾਨ ਰਾਜਾ ਅਰਸਲਾਨ ਦੋਸਤੋ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਜਿਹੜੇ ਤੁਹਾਡੇ ਜਾਨਵਰ ਗਰਮੀ ਦੇ ਵਿੱਚ ਹੰਪਦੇ ਨੇ ਠੀਕ ਹੈ ਔਰ ਉਸ ਤੋਂ ਬਾਅਦ ਤੁਹਾਡੇ ਜਾਨਵਰ ਜ਼ੁਬਾਨ ਬਾਹਰ ਕਰਦੇ ਨੇ ਮੂੰਹ ਖੋਲ ਕੇ ਜ਼ਿਆਦਾ ਗਰਮੀ ਮਹਿਸੂਸ ਕਰਦੇ ਨੇ ਉਹਨਾਂ ਜਾਨਵਰਾਂ ਦੇ ਲਈ ਇੱਕ ਬਿਹਤਰੀਨ ਦੇਸੀ ਨੁਸਖਾ ਲੈ ਕੇ ਆਇਆ ਇਹ ਨੁਸਖਾ ਬਣਾ ਕੇ ਜਦੋਂ ਤੁਸੀਂ ਉਹਨਾਂ ਜਾਨਵਰਾਂ ਨੂੰ ਦੋਗੇ ਤਾਂ ਇਨਸ਼ਾਅੱਲਾ ਤੁਸੀਂ ਵੇਖੋਗੇ 3 ਤੋਂ 4 ਦਿਨਾਂ ਦੇ ਅੰਦਰ ਤੁਹਾਡਾ ਜਾਨਵਰ ਗਰਮੀ ਕਰਨਾ ਛੋੜ ਦੇਗਾ ਤੁਹਾਡਾ ਜਾਨਵਰ ਹੰਪਣਾ ਛੋੜ ਦੇਗਾ ਔਰ ਤੁਹਾਡਾ ਜਾਨਵਰ ਜਿਹੜਾ ਨਾ ਜ਼ੁਬਾਨ ਕੱਢਣਾ ਬਾਹਰ ਛੋੜ ਦੇਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੁਕੰਮਲ ਵੇਖਣਾ ਔਰ ਜਿਨ੍ਹਾਂ ਦੋਸਤਾਂ ਜਿਨ੍ਹਾਂ ਭਾਈਆਂ ਹਜੇ ਤੱਕ ਵੀ ਸਾਡਾ ਚੈਨਲ ਜਿਹੜਾ ਆ ਉਹ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਸਬਸਕ੍ਰਾਈਬ ਕਰੋ ਔਰ ਬੈਲ ਨਹੀਂ ਬਟਨ ਨੂੰ ਲਾਜ਼ਮੀ ਪ੍ਰੈਸ ਕਰੋ ਤਾਕ ਕੇ ਸਾਡੀਆਂ ਜਿਹੜੀਆਂ ਨਿਊ ਵੀਡੀਓਜ਼ ਨੇ ਉਹ ਤੁਹਾਡੇ ਤੱਕ ਆਸਾਨੀ ਦੇ ਨਾਲ ਪਹੁੰਚ ਸਕਣ ਹੁਣ ਚਲਦੇ ਆਂ ਵੀਡੀਓ ਦੀ ਤਰਫ ਸਭ ਤੋਂ ਪਹਿਲੇ ਇਸ ਨੁਸਖੇ ਵਿੱਚ ਇਸਤੇਮਾਲ ਹੋਣ ਵਾਲੀ ਜਿਹੜੀ ਚੀਜ਼ ਹੈ ਉਹ ਗੁੜ ਹੈ ਗੁੜ ਲੈ ਲਓ ਜਨਾਬ 250 ਗ੍ਰਾਮ ਤੇ ਹੁਣ ਮੇਰੇ ਦੋਸਤ ਕੁਝ ਕਹਿਣੇ ਆਉਣਗੇ ਕਿ ਯਾਰ ਇਤਨੀ ਗਰਮੀ ਔਰ ਜਨਾਬ ਇੱਕ ਭਾਇਆ ਗੁੜ ਦੱਸ ਰਿਹਾ ਤੇ ਯਾਰ ਗੁੜ ਜਿਹੜੀ ਹੈ ਨਾ ਉਸ ਵਿੱਚ ਐਸੀ ਖਾਸੀਅਤ ਹੈ ਕਿ ਸਰਦੀਆਂ ਦੇ ਵਿੱਚ ਗਰਮ ਔਰ ਗਰਮੀਆਂ ਦੇ ਵਿੱਚ ਠੰਡਾ ਲੇਕਿਨ ਇਸ ਦੀ ਤਾਸੀਰ ਠੰਡੀ ਕਰਨੀ ਪੈਣੀ ਨੇ ਉਹ ਕਿੰਜ ਕਰੋਗੇ ਉਹ ਤੁਸੀਂ ਪਾਣੀ ਦੇ ਵਿੱਚ ਜਲੇ ਮਿਕਸ ਕਰੋਗੇ ਲਿਕਵਿਡ ਜਲੇ ਬਣਾਓਗੇ ਤੇ ਉਸ ਦੀ ਤਾਸੀਰ ਜਿਹੜੀ ਆ ਉਹ ਠੰਡੀ ਹੋ ਜਾਂਦੀ ਹੈ ਜਿਹੜੀ ਗੁਰ ਦੀ ਤਾਸੀਰ ਹੁੰਦੀ ਹੈ ਇਹ ਬੜੀ ਜ਼ਬਰਦਸਤ ਚੀਜ਼ ਹੈ ਤੇ ਤੁਸੀਂ ਇਹ ਦੋ ਮੁੱਠਾ ਜਨਾਬ ਜੋੜ ਕੇ ਨਾ ਜਿੰਨਾ ਇਸ ਵਿੱਚ ਜੌਂ ਆਂਦੇ ਨਾ ਉਹ ਜੌਂ ਤੁਸੀਂ ਲੈ ਲੈਣੇ ਨੇ ਇੱਕ ਤੁਸੀਂ ਜਿਹੜਾ ਨਾ ਉਹ ਕੋਰਾ ਘੜਾ ਨਹੀਂ ਹੁੰਦਾ ਜਿਹੜਾ ਉਹ ਤੁਸੀਂ ਲੈ ਲੈਣਾ ਜਨਾਬ ਤੇ ਉਸ ਦੇ ਵਿੱਚ ਪਾਣੀ ਪਾ ਕੇ 2-3 ਲੀਟਰ ਪਾਣੀ ਪਾ ਦਿਓ ਵਿੱਚ ਉਹ ਗੁੜ ਪਾ ਦਿਓ ਵਿੱਚ ਜौं ਪਾ ਦਿਓ ਸਾਰੀ ਰਾਤ ਅਸਤੇ ਜਿਹੜਾ ਨਾ ਉਸ ਨੂੰ ਐਸੇ ਤਰ੍ਹਾਂ ਹੀ ਜਿਹੜਾ ਨਾ ਪਿਆ ਰਹਿਣ ਦਿਓ ਤਾਂ ਕਿ ਉਹ ਪੂਰੀ ਰਾਤ ਜਿਹੜਾ ਨਾ ਉਹ ਲਿਕਵਿਡ ਅੱਛਾ ਸਾਰਾ ਜਿਹੜਾ ਨਾ ਘੁਲ ਜਾਵੇ ਲੇਕਿਨ ਜਿਹੜੇ ਜौं ਨੇ ਜਿਹੜੇ ਉਹ ਤੁਸੀਂ ਉਸ ਦਾ ਜਿਹੜਾ ਨਾ ਗ੍ਰाइंड ਕਰਕੇ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਤੁਸੀਂ ਜਿਹੜਾ ਨਾ ਉਹ ਫਿਰ ਉਸ ਪਾਣੀ ਦੇ ਵਿੱਚ ਸ਼ਾਮਿਲ ਕਰਨਾ ਤਾਂ ਕਿ ਸਵੇਰ ਤੱਕ ਅੱਛਾ ਜਾ ਉਹ ਲਿਕਵਿਡ ਮਿਕਸ ਹੋ ਜਾਏ ਸਭ ਇਕਜਾਨ ਹੋ ਜਾਣ ਸਾਰੀਆਂ ਚੀਜ਼ਾਂ ਔਰ ਫਿਰ ਤੁਸੀਂ ਉਹ ਜਿਹੜਾ ਜਾਨਵਰ ਨੂੰ ਪਾਣੀ ਪਿਲਾਉਂਦੇ ਹੋ ਉਸ ਪਾਣੀ ਦੇ ਵਿੱਚ ਮਿਕਸ ਕਰਕੇ ਇਤਨਾ ਪਾਣੀ ਉਹ ਜਾਨਵਰ ਨੂੰ ਦੇਣਾ ਕਿ ਉਹ ਉਸ ਖੁਰਾਕ ਨੂੰ ਸਾਰੇ ਨੂੰ ਉਹ ਜਾਨਵਰ ਤੁਹਾਡਾ ਜਿਹੜਾ ਨਾ ਪੀ ਜਾਏ ਤੇ ਇਹ ਜਨਾਬ ਇਹ ਤੁਸੀਂ ਨੁਸਖਾ ਤਕਰੀਬਨ 3 ਤੋਂ 4 ਦਿਨ ਆਪਣੇ ਜਾਨਵਰਾਂ ਨੂੰ ਦੋਗੇ ਤੇ ਤੁਸੀਂ ਵੇਖੋਗੇ ਕਿ ਤੁਹਾਡਾ ਜਾਨਵਰ ਗਰਮੀ ਕਰਨਾ ਛੋੜ ਦੇਗਾ ਔਰ ਤੁਹਾਡਾ ਜਾਨਵਰ ਜਿਹੜਾ ਬਿਲਕੁਲ ਰਿਲੈਕਸ ਹੋ ਜਾਏਗਾ ਔਰ ਦੁੱਧ ਵੀ ਉਸ ਦਾ ਘਟਣੀ ਹੋਏਗਾ ਬਹੁਤ ਹੀ ਜ਼ਬਰਦਸਤ ਔਰ ਅਜ਼ਮਾਇਆ ਹੋਇਆ ਨੁਸਖਾ ਹੈ ਕੋਈ ਵੀ ਨੁਸਖਾ ਸਾ ਤੁਹਾਨੂੰ ਦੱਸਦੇ ਆ ਤੇ ਅਸੀਂ ਪਹਿਲੇ ਆਪਣੇ ਜਾਨਵਰਾਂ ਤੇ ਅਜ਼ਮਾਉਂਦੇ ਆ ਜਦੋਂ ਸਾਨੂੰ ਕੋਈ ਰਿਜ਼ਲਟ ਮਿਲਦਾ ਤੇ ਅਸੀਂ ਤੁਹਾਨੂੰ ਅੱਗੇ ਦੱਸਦੇ ਆ ਤੇ ਇਹ ਨਹੀਂ ਕਹੇਵੇਂ ਕੋਈ ਨੁਸਖਾ ਜਨਾਬ ਲੈ ਕੇ ਤੁਹਾਨੂੰ ਵੀਡੀਓ ਬਣਾ ਕੇ ਦੱਸਦੇ ਆ ਆਪਣੇ ਵਿਊਜ਼ ਲੈਣ ਦੀ ਖਾਤਰ ਬਿਲਕੁਲ ਵੀ ਨਹੀਂ ਆਪਣੀ ਭਈਆਂ ਦੀ ਖਿਦਮਤ ਕਰਨ ਲਈ ਬੈਠੇ ਆ ਅੱਛੀ ਅੱਛੀ ਕੋਸ਼ਿਸ਼ ਹੁੰਦੀ ਹੈ ਕਿ ਵੀਡੀਓਜ਼ ਬਣਾਈਏ ਜਿਸ ਤੋਂ ਸਾਡੇ ਭਈਆਂ ਨੂੰ ਜਿਹੜਾ ਨਾ ਕੁਝ ਸਿੱਖਣ ਲਈ ਮਿਲੇ ਔਰ ਤੁਹਾਡੀਆਂ ਦੁਆਵਾਂ ਲੈਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ ਇਹ ਨੁਸਖਾ ਜਿਹੜਾ ਨਾ ਸਾਰੀਆਂ ਗਰਮੀਆਂ ਤੁਸੀਂ ਦੇ ਸਕਦੇ ਹੋ 1-2 ਦਿਨ ਛੋੜ ਕੇ 3 ਦਿਨ ਛੋੜ ਕੇ ਫਿਰ ਇਹ ਨੁਸਖਾ ਬਣਾ ਲਿਆ ਫਿਰ ਦੇ ਦਿੱਤਾ ਆਪਣੇ ਜਾਨਵਰਾਂ ਨੂੰ ਇਨਸ਼ਾਅੱਲਾ ਤੁਹਾਡੇ ਜਾਨਵਰਾਂ ਨੂੰ ਬਹੁਤ ਫਾਇਦਾ ਦੇਗਾ ਇਹ ਨੁਸਖਾ ਔਰ ਤੁਹਾਡੇ ਜਾਨਵਰ ਜਿਹੜਾ ਨਾ ਗਰਮੀ ਨਹੀਂ ਕਰਨਗੇ ਸ਼ਰਤ ਇਹ ਹੈ ਕਿ ਉਸ ਦੇ ਨਾਲ ਥੋੜਾ ਥੋੜਾ ਸਾ ਜਾਨਵਰ ਨੂੰ ਜਿਹੜਾ ਨਾ ਠੰਡਾ ਮਾਹੌਲ ਦਿਓ ਜਾਨਵਰਾਂ ਨੂੰ ਗਰਮੀ ਤੋਂ ਬਚਾਓ ਜਾਨਵਰਾਂ ਨੂੰ ਧੁੱਪ ਤੋਂ ਬਚਾਓ ਔਰ ਹਰ ਵਕਤ ਜਿਹੜਾ ਨਾ ਜਾਨਵਰਾਂ ਨੂੰ ਤਾਜ਼ਾ ਔਰ ਠੰਡਾ ਪਾਣੀ ਜਿਹੜਾ ਨਾ ਉਹ ਦਿਓ ਪੀਣ ਦੀ ਖਾਤਰ ਕੋਸ਼ਿਸ਼ ਕਰੋ ਕਿ ਜ਼ਿਆਦਾ ਜਾਨਵਰ ਤੁਹਾਡੇ ਜਿਹੜਾ ਨਾ ਖੁੱਲੇ ਰਹਿਣ ਔਰ ਆਪਣੀ ਮਰਜ਼ੀ ਦੇ ਨਾਲ ਉਹ ਪ ਤੇ ਜਦੋਂ ਤੁਹਾਡੇ ਜਾਨਵਰ ਆਪਣੀ ਮਰਜ਼ੀ ਦੇ ਨਾਲ ਜਿੰਨੇ ਵੀ ਉਹਨੂੰ ਪਿਆਸ ਲੱਗੇਗੀ ਉਹ ਪਾਣੀ ਪੀਣਗੇ ਤੇ ਇਨਸ਼ਾਅੱਲਾ ਉਹ ਫਿੱਟ ਰਹਿਣਗੇ ਤੇ ਤੁਸੀਂ ਬੰਦ ਦਿੰਦੇ ਹੋ ਉਹ ਜਾਨਵਰ ਜਿਹੜਾ ਨਾ ਉੱਥੇ ਹੀ ਬੰਦੇ ਰਹਿੰਦੇ ਨੇ ਵਿਚਾਰੇ ਔਰ ਪਾਣੀ ਦਿੱਜਣਾ ਉਹਨੂੰ ਲੋੜ ਹੁੰਦੀ ਹੈ ਉਸ ਵਕਤ ਤੁਸੀਂ ਪਾਣੀ ਨਹੀਂ ਦਿੰਦੇ ਉਹਨਾਂ ਨੂੰ ਜਿਸ ਦੀ ਵਜ੍ਹਾ ਨਾਲ ਜਿਹੜਾ ਨਾ ਉਹ شدید ਗਰਮੀ ਕਰਨ ਲੱਗ ਪੈਣੇ ਨੇ ਇਹ ਦੋਸਤੋ ਸਾਡਾ ਅੱਜ ਦਾ ਨੁਸਖਾ ਸੀ ਉਮੀਦ ਕਰਨਾ ਵਾ ਕਿ ਤੁਹਾਨੂੰ ਇਹ ਨੁਸਖਾ ਪਸੰਦ ਆਇਆ ਹੋਗਾ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਉਹ ਪਸੰਦ ਆਈ ਹੋਗੀ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਈ ਤੇ ਪਲੀਜ਼ ਆਪਣੀ ਵਾਲ ਤੇ ਅੱਗੇ ਲਾਜ਼ਮੀ ਸ਼ੇਅਰ ਕਰੋ ਖਾਸ ਕਰ ਸਾਡੇ ਜਿਹੜੇ ਪੰਜਾਬੀ ਵੀਰ ਸਾਡੇ ਸਾਨੂੰ ਵੇਖ ਰਹੇ ਨੇ ਉਹ ਸਾਡੀ ਵੀਡੀਓ ਨੂੰ ਲਾਜ਼ਮੀ ਅੱਗੇ ਸ਼ੇਅਰ ਕਰੋ ਅਤੇ ਬੇਸ਼ੱਕ ਤੁਸੀਂ ਸਾਡੀਆਂ ਵੀਡੀਓਜ਼ ਤੇ ਬੜੀਆਂ ਮੁਹਬਤਾਂ ਦਾ ਇਜ਼ਹਾਰ ਕਰਦੇ ਹੋ ਬੜੇ ਪੋਜ਼ਿਟਿਵ ਕਮੈਂਟਸ ਕਰਦੇ ਹੋ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਤੇ ਆਪਣੀ ਦੁਆਵਾਂ ਸਾਨੂੰ ਯਾਦ ਰੱਖਿਆ ਹੈ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਹੈ ਇਨਸ਼ਾ ਅੱਲਾਹ ਜ਼ਿੰਦਗੀ ਰਹੀ ਤੇ ਮਿਲਾਂਗੇ ਫਿਰ ਕਿਸੇ ਨਈ ਵੀਡੀਓ ਦੇ ਵਿੱਚ ਤਬ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖੋ ਅੱਲਾਹ ਹਾਫਿਜ਼